ਦੋ ਚੀਜ਼ਾਂ ਨੇ ਏਕ ਤਨ ਦੀ ਤੰਦਰੁਸਤੀ ਇੱਕ ਮਨ ਦਾ ਤੰਦਰੁਸਤ ਹੋਣਾ ਜੇ ਸ਼ਰੀਰ ਕਰਕੇ ਤਨ ਕਰਕੇ ਬੰਦਾ ਤੰਦਰੁਸਤ ਵੀ ਹੋਵੇ ਨਾ ਮਨ ਕਰਕੇ ਉਦਾਸ ਹੋਵੇ ਆਲਸੀ ਹੋਵੇ ਡਿਸਟਰਬ ਹੋਵੇ ਮਨ ਕਰਕੇ ਰੋਗੀ ਹੋਵੇ ਤਾਂ ਸਾਧ ਸੰਗਤ ਤਾਂ ਵੀ ਇਹ ਸ਼ਰੀਰ ਜਿਹੜਾ ਉਹ ਐਕਟੀਵਿਟੀ ਤੋਂ ਖਾਲੀ ਹੋ ਜਾਂਦਾ ਕਿਸੇ ਕਰਮਵਲ ਦੇ ਪਾਸੇ ਜਿੰਨੀ ਦੇਰ ਮਨ ਨਾ ਸ਼ਕਤੀ ਦਵੇ ਤੁਸੀਂ ਤਨ ਕਰਕੇ ਵੀ ਨਹੀਂ ਉੱਥੇ ਜਾ ਸਕਦੇ ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹੇਗਾ ਬਹੁਤ ਵਾਰ ਤੁਹਾਨੂੰ ਇਸ ਤਰ੍ਹਾਂ ਦੇ ਲੋਕ ਮਿਲਣਗੇ ਜਾਂ ਜੀਵਨ ਵਿੱਚ ਇਸ ਤਿੰਡੈਂਟ ਸਾਹਮਣੇ ਆਉਣਗੇ ਕਿ ਜਦੋਂ ਬੰਦੇ ਨੇ ਨੀਂਦ ਵੀ ਪੂਰੀ ਕਰ ਲਈ ਹੈ 8 ਘੰਟੇ ਸੌਂ ਵੀ ਲਿਆ ਹੈ ਔਰ ਫਿਰ ਵੀ ਉਹ ਬੰਦਾ ਆਪਣੇ ਬਿਸਤਰੇ ਤੇ ਪਿਆ ਉੱਠ ਨਹੀਂ ਰਿਹਾ ਨਾ ਇਸ਼ਨਾਨ ਪਾਣੀ ਕੀਤਾ ਨਾ ਕੋਈ ਛਕ ਛਕਾਇਆ ਜਲ ਪਾਣੀ ਨੰਗ ਤੇ ਘਰੋਂ ਬਾਹਰ ਜਾ ਰਿਹਾ ਜਦੋਂ ਉਹਨੂੰ ਪੁੱਛੇ ਕਿ ਗੱਲ نیند ਨਹੀਂ ਪੂਰੀ ਹੋਈ ਤੁਸੀਂ ਉੱਠੇ ਨਹੀਂ ਇਸ਼ਨਾਨ ਪਾਣੀ ਨਹੀਂ ਕੀਤਾ ਕਿਤੇ ਗਏ ਨਹੀਂ ਤਾਂ ਬਹੁਤ ਵਾਰ ਮੋਸਟਲੀ ਉਹਦਾ ਜਵਾਬ ਹੁੰਦਾ ਹੈ ਮਨ ਨਹੀਂ ਕੀਤਾ ਜਾਨ ਅੱਜ ਉਠਣ ਨੂੰ ਮਨ ਨਹੀਂ ਕੀਤਾ। ਅੱਜ ਇਸ਼ਨਾਨ ਕਰਨ ਨੂੰ ਮਨ ਨਹੀਂ ਕੀਤਾ। ਜਾਣਾਂ ਤਾਂ ਸੀ ਪਰ ਮਨ ਹੀ ਨਹੀਂ ਕੀਤਾ। ਇਹਦਾ ਮਤਲਬ ਮਨ ਬਹੁਤ ਵੱਡੀ ਸ਼ਕਤੀ ਹੈ। ਜੇ ਮਨ ਆਲਸੀ ਹੋ ਜਾਏ ਤਾਂ ਤੁਸੀਂ ਤੰਦਰੁਸਤ ਹੁੰਦਿਆਂ ਵੀ ਕੰਮ ਨਹੀਂ ਕਰ ਸਕਦੇ। ਜੇ ਮਨ ਸ਼ਕਤੀਸ਼ਾਲੀ ਹੋਵੇ ਤਾਂ ਸਾਧ ਸੰਗਤ 24 ਘੰਟਿਆਂ 'ਚ ਜੋ ਲੋਕ 4 ਘੰਟੇ ਵੀ ਸੁਣਦੇ ਨੇ 20-20 ਘੰਟੇ ਮੈਂ ਕੰਮ ਕਰਦੇ ਵੇਖੇ ਨੇ। ਔਰ ਪੂਰੇ ਉਹਨਾਂ ਦੇ ਸਰੀਰ ਵਿੱਚ ਨਰਜੀ ਐਕਟੀਵਿਟੀ ਹੈ ਕਿਉਂਕਿ ਮਨ ਅੰਦਰੋਂ ਸ਼ਕਤੀਸ਼ਾਲੀ ਆ। ਮਨ ਰੋਗੀ ਨਹੀਂ ਹੈ। ਤਨ ਔਰ ਮਨ ਦੇ ਰੋਗਾਂ ਦਾ ਅਲੱਗ-ਅਲੱਗ ਹਿੱਸਾ ਹੈ। ਜੋ ਕੁਝ ਮਨ ਉੱਤੇ ਪ੍ਰਭਾਵ ਪਾਉਂਦਾ ਹੈ ਡੈਫੀਨਿਟ ਉਹਦਾ ਪ੍ਰਭਾਵ ਤਨ ਉੱਤੇ ਵੀ ਪੈਂਦਾ ਹੈ। ਜੇ ਮਨ ਉਦਾਸ ਹੈ ਤੁਸੀਂ ਤਨ ਕਰਕੇ ਚੁਸਤ ਫਰਤ ਨਹੀਂ ਹੋ ਸਕਦੇ। ਜੇ ਮਨ ਦੇ ਅੰਦਰ ਕ੍ਰੋਧ ਹੈ ਲੋਭ ਹੈ ਚਿੰਤਾ ਹੈ ਪਰੇਸ਼ਾਨੀ ਹੈ ਡਿਪਰੈਸ਼ਨ ਹੈ ਸਟ्रेस ਹੈ ਤਾਂ ਸਰੀਰ ਕਰਕੇ ਵੀ ਤੁਸੀਂ ਤੰਦਰੁਸਤ ਨਹੀਂ ਰਹਿ ਸਕਦੇ ਕਿਉਂਕਿ ਉਹਦਾ ਪ੍ਰਭਾਵ ਮਨ ਉੱਤੇ ਜ਼ਰੂਰ ਪੈਂਦਾ ਜਿਵੇਂ ਬਾਹਰੀ ਬਰਤਨ ਦਾ ਅੰਦਰ ਦੀ ਵਸਤੂ ਤੇ ਪ੍ਰਭਾਵ ਹੈ ਅੰਦਰ ਦੀ ਵਸਤੂ ਦਾ ਪ੍ਰਭਾਵ ਬਰਤਨ ਤੇ ਪੈ ਜਾਂਦਾ ਹੈ ਇਦਾਂ ਸਾ ਸੰਗਤ ਤਨ ਅਤੇ ਮਨ ਦਾ ਜੋੜ ਹੈ ਇਸ ਲਈ ਪਾਤਸ਼ਾਹ ਨੇ ਬਾਣੀ ਅੰਦਰ ਜਦੋਂ ਮਨ ਦੀ ਵਿਆਖਿਆ ਕੀਤੀ ਤਾਂ ਪਾਤਸ਼ਾਹ ਨੇ ਕਿਹਾ ਸਭ ਤੋਂ ਸ਼ਕਤੀਸ਼ਾਲੀ ਮਨ ਹੈ ਇਹ ਮਨ ਜਿਹੜਾ ਇਹਦੀ ਇੰਨੀ ਰਫਤਾਰ ਤੇਜ ਹੈ ਇੱਕ ਪਲ ਵਿੱਚ ਇੰਡੀਆ ਤੋਂ ਬੈਠੇ ਇੰਗਲੈਂਡ ਵੇਖ ਲੈਂਦਾ ਹੈ ਕੈਨੇਡਾ ਬੈਠੇ ਤੁਸੀਂ ਮਨ ਕਰਕੇ ਇੱਕਦਮ ਇੰਡੀਆ ਪਹੁੰਚ ਜਾਂਦੇ ਹੋ ਮਨ ਦੀ ਰਫਤਾਰ ਕਿੰਨੀ ਤੇਜ ਹੈ ਪਾਤਸ਼ਾਹ ਕਹਿੰਦੇ ਮਨ ਸ਼ਕਤੀ ਇਹ ਮਨ ਸਿਓਏ ਮਨ ਪੰਜ ਤਤ ਕੋ ਜਿਓ ਭਾਈ ਪੰਜਾਂ ਤਤਾਂ ਦਾ ਇਹ ਬਣਿਆ ਹੋਇਆ ਮਨ ਬਹੁਤ ਸ਼ਕਤੀਸ਼ਾਲੀ ਹੈ ਤਾਈਓ ਮਨ ਨੂੰ ਕਿਹਾ ਮਨ ਤੂੰ ਜੋਤ ਸਰੂਪ ਹੈ ਹੁਣ ਮਨ ਹੀ ਹੈ ਇਹ ਤਨ ਨੂੰ ਚੰਗੇ ਪਾਸੇ ਵੀ ਲਾ ਸਕਦਾ ਹੈ ਤਨ ਨੂੰ ਬੁਰੇ ਪਾਸੇ ਵੀ ਲਾ ਸਕਦਾ ਹੈ ਸਾਰੀ ਖੇਡ ਹੀ ਮਨ ਉੱਤੇ ਟਿੱਕੀ ਹੋਈ ਹੈ ਜੇ ਤੁਹਾਡਾ ਮਨ ਖੁਸ਼ ਨਹੀਂ ਤਾਂ ਤੁਹਾਡੇ ਕੋਲ ਲੱਖਾਂ ਪਦਾਰਥ ਹੋਣ ਤਾਂ ਵੀ ਤੁਹਾਨੂੰ ਉਹ ਚੰਗੇ ਨਹੀਂ ਲੱਗਦੇ ਮਨ ਅੰਦਰੋਂ ਦੁਖੀ ਹੈ ਬਹੁਤ ਕੁਝ ਹੋਣ ਦੇ ਬਾਵਜੂਦ ਵੀ ਤੁਸੀਂ ਸੁਖੀ ਨਹੀਂ ਹੋ ਸਕਦੇ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸਭ ਤੋਂ ਵੱਧ ਮਨ ਉੱਤੇ ਬਾਦਸ਼ਾਹ ਨੇ ਬਾਣੀ ਦਾ ਉਪਦੇਸ਼ ਦਿੱਤਾ ਕਿਉਂਕਿ ਮਨੋ ਵਿਗਿਆਨ ਇਹ ਗੱਲ ਮੰਨਦਾ ਹੈ ਕਿ ਜੇ ਮਨ ਆਲਸੀ ਹੋ ਜਾਏ ਦੁਨੀਆ ਵਿੱਚ ਬੰਦਾ ਤਰੱਕੀ ਨਹੀਂ ਕਰ ਸਕਦਾ ਮਨ ਇੱਕ ਬਹੁਤ ਵੱਡਾ ਵਿਗਿਆਨ ਹੈ ਇਸੇ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਾਰ ਬਾਰ ਮਨ ਨੂੰ ਸੰਬੋਧਨ ਕੀਤਾ ਇਹ ਮਨ ਮੇਰਾ ਤੂੰ ਸਦਾ ਰੋਹ ਹਰ ਨਾਲ ਲੈ ਹਰ ਨਾਲ ਰਹੋ ਤੂੰ ਮਨ ਮੇਰੇ ਮਹਾਰਾਜ ਜੀ ਦੇ ਨਾਲ ਕੀ ਹੋਏਗਾ ਕਹਿੰਦੇ ਦੁੱਖ ਸਭੇ ਸਾਰਨਾ ਦੁੱਖ ਹੋਣਗੇ ਵੀ ਪਰ ਤੈਨੂੰ ਮਹਿਸੂਸ ਨਹੀਂ ਹੋਣਗੇ ਜੇ ਮਨ ਸ਼ਕਤੀਸ਼ਾਲੀ ਹੋ ਜਾਵੇ ਅੱਜ ਦੇ ਸ਼ਬਦ ਵਿੱਚ ਪਾਤਸ਼ਾਹ ਮਨ ਨਾਲ ਸੰਬੰਧਤ ਅੱਗੇ ਗੱਲਾਂ ਕਰਨਗੇ ਕਿਉਂਕਿ ਮਨ ਇੱਕ ਬਹੁਤ ਵੱਡਾ ਭ੍ਰਮ ਪੈਦਾ ਕਰਦਾ ਹੈ ਜਦੋਂ ਮਨ ਦੇ ਅੰਦਰ ਭ੍ਰਮ ਪੈਦਾ ਹੋ ਜਾਏ ਤੁਹਾਨੂੰ ਇਹ ਲੱਗਣ ਲੱਗ ਪੈਂਦਾ ਸ਼ਾਇਦ ਇਸੇ ਕਰਕੇ ਸਭ ਕੁਝ ਹੋ ਰਿਹਾ ਹੈ ਜੇ ਮਨ ਉੱਤੇ ਅਸਰ ਹੈ ਤਾਂ ਉਹਦਾ ਤੁਹਾਨੂੰ ਉੱਤੇ ਵੀ ਅਸਰ ਹੁੰਦਾ ਹੈ ਇਸੇ ਲਈ ਲੋਕ ਭਰਮ ਦੀ ਦੁਨੀਆ ਵਿੱਚ ਰਹਿੰਦੇ ਨੇ ਔਰ ਭਰਮ ਦੇ ਅੰਦਰ ਬੰਦਾ ਹਮੇਸ਼ਾ ਦੁਖੀ ਰਹਿੰਦਾ ਹੈ ਕਿਸੇ ਬੰਦੇ ਨੂੰ ਭਰਮ ਪਾ ਦਿਓ ਮਨ ਤੋਂ ਡਾਇਆ ਮਹਿਸੂਸ ਕਰਨ ਲੱਗ ਜਾਵੇ ਜਦੋਂ ਮੈਂ ਸਵੇਰੇ ਉੱਠਦਾ ਫਲੰਨਾ ਬੰਦਾ ਮੇਰੇ ਮੱਥੇ ਲੱਗਦਾ ਤਾਂ ਮੇਰਾ ਕੰਮ ਨਹੀਂ ਬਣਦਾ ਔਰ ਸਾਥ ਸੰਗਤ ਜੇ ਮਨ ਨੇ ਇਸ ਚੀਜ਼ ਨੂੰ ਐਕਸੈਪਟ ਕਰ ਲਿਆ ਤਾਂ ਤੁਹਾਡੇ ਨਾਲ ਉਹ ਚੀਜ਼ਾਂ ਪ੍ਰਤੱਖ ਵਰਤਣ ਲੱਗ ਪੈਣਗੀਆਂ ਤੋੜਨ ਵਾਲੇ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਜਾਏਗਾ ਵਿਉਧੀ ਵਜ੍ਹਾ ਨਾਲ ਇਸ ਤਰ੍ਹਾਂ ਹੋ ਰਿਹਾ ਇਹਨੂੰ ਭਰਮ ਕਹਿੰਦੇ ਨੇ ਕਿਸੇ ਬੰਦੇ ਨੂੰ ਦੱਸ ਦਿਓ ਜਦੋਂ ਤੁਸੀਂ ਇਸ ਰਸਤੇ ਤੋਂ ਲੰਘਦੇ ਹੋ ਫਲਾਨੀ ਜਗ੍ਹਾ ਤੇ ਇੱਕ ਮੋੜ ਹੈ ਉਸ ਜਗ੍ਹਾ ਉੱਤੇ ਕੋ ਬੁਰੀ ਚੀਜ਼ ਦਾ ਪਹਿਰਾ ਹੈ ਉਹਦੇ ਕਰਕੇ ਤੁਹਾਨੂੰ ਇਸ ਤਰ੍ਹਾਂ ਹੁੰਦਾ ਉਹ ਜਗ੍ਹਾ ਉੱਤੇ ਰੂਪ ਐ ਬਦਲ ਕੇ ਖੜਾ ਹੁੰਦਾ ਤੁਥ ਜਦੋਂ ਕੋਈ ਆਮ ਬੰਦਾ ਵੀ ਖੜਾ ਹੋਏਗਾ ਉਹਦੇ ਵਿੱਚੋਂ ਵੀ ਤੁਹਾਨੂੰ ਉਹ ਚੀਜ਼ ਭਰਮ ਪੈਦਾ ਹੋਣ ਲੱਗ ਜਾਏਗਾ ਭਰਮ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜਾ ਤੁਹਾਡੇ ਸਰੀਰ ਦਾ ਪਰਛਾਵਾਂ ਵੀ ਤੁਹਾਨੂੰ ਡਰਾਉਣ ਲੱਗ ਪੈਂਦਾ ਤੁਹਾਡੇ ਪੈਰਾਂ ਦੀ ਪੈਛਲ ਵੀ ਤੁਹਾਨੂੰ ਡਰਾਉਣ ਲੱਗ ਪੈਂਦੀ ਹੈ ਇਸ ਲਈ ਮਨ ਕਿਸ ਤਰ੍ਹਾਂ ਦੀ ਸ਼ਕਤੀ ਹੈ ਪਾਤਸ਼ਾਹ ਨੇ ਕਿ ਜੇ ਤੂੰ ਇਹਨੂੰ ਪੋਜ਼ਿਟਿਵਿਟੀ ਵੱਲ ਲੈ ਕੇ ਜਾਣਾ ਹੈ ਫਿਰ ਮਨ ਨੂੰ ਰੱਬ ਵੱਲ ਦੇ ਪਾਸੇ ਜੋੜ ਜਦੋਂ ਤੇਰਾ ਮਨ ਜਪਣ ਲੱਗ ਪਿਆ ਵਾਹਿਗੁਰੂ 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 ਤੈਨੂੰ ਇੰਨੀ ਸ਼ਕਤੀ ਮਿਲ ਜਾਏਗੀ ਦੁੱਖ ਵੀ ਤੇਰੇ ਨੇੜੇ ਨਹੀਂ ਆਉਣਗੇ ਦੁੱਖ ਸਭ ਵਿਸਾਰਨ ਦੁੱਖ ਹੋਣਗੇ ਵਿਸਾਰਨ ਦਾ ਰਤਨਾ ਭੁੱਲ ਜਾਣਾ ਕਹਿੰਦੇ ਹੋਣਗੇ ਜਰੂਰ ਤੈਨੂੰ ਭੁੱਲੀ ਜਾਣਗੇ ਜਿਹੜੀ ਚੀਜ਼ ਭੁੱਲ ਜਾਏ ਉਹਦਾ ਅਸਰ ਨਹੀਂ ਹੁੰਦਾ ਜਿਹੜੀ ਚੀਜ਼ ਯਾਦ ਰਵੇ ਉਹਦਾ ਅਸਰ ਰਹਿੰਦਾ ਹੈ 20-20 ਸਾਲ ਦੀਆਂ ਲੋਕਾਂ ਦੀਆਂ ਗੱਲਾਂ ਯਾਦ ਨੇ ਇਸ ਲਈ ਮਨ ਦੇ ਅੰਦਰ ਉਹ ਬਾਰ-ਬਾਰ ਕ੍ਰੋਧ ਕਲੇਸ਼ ਪੈਦਾ ਹੁੰਦਾ ਕੋਈ ਗੱਲ ਭੁੱਲ ਜਾਏ ਤੁਸੀਂ ਸੁਖੀ ਹੋ ਜਾਉਗੇ ਇੱਕ ਚੀਜ਼ ਹੋਰ ਹੈ ਜਿਹੜੀ ਚੀਜ਼ ਵਾਰ-ਵਾਰ ਯਾਦ ਆ ਰਹੀ ਹੈ ਇਹਦਾ ਮਤਲਬ ਉਹ ਕਰਮ ਅਜੇ ਖੜਾ ਹੈ ਜੇ ਉਹ ਵਾਰ-ਵਾਰ ਚਿੱਤੇ ਆ ਰਿਹਾ ਹੈ ਉਹ ਕਰਮ ਖਲੋਤੇ ਉਹਦਾ ਤੁਹਾਨੂੰ ਹਿਸਾਬ ਕਿਤਾਬ ਦੇਣਾ ਪੈਗਾ ਜਿਹੜਾ ਕੀਤਾ ਹੋਇਆ ਕਰਮ ਯਾਦ ਨਾ ਆਵੇ ਉਹ ਸਮਝੋ ਵਿਸਰ ਗਿਆ ਹੁਣ ਉਹਦਾ ਲੇਖਾ ਨਹੀਂ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਲਈ ਮਨ ਤੋਂ ਗੱਲ ਸ਼ੁਰੂ ਕੀਤੀ ਅਪਨਾ ਮਨ ਕਰਕੇ ਉਦਮ ਕੀਤਾ ਭਾਵੇਂ ਤੁਹਾਡੇ ਚ ਕੋਈ 5 ਘੰਟੇ ਸੁੱਤਾ 6 ਘੰਟੇ ਸੁੱਤਾ ਮਨ ਨੇ ਸ਼ਕਤੀ ਦਿੱਤੀ ਚੱਲਵੇ ਉੱਠੇ ਇਸ਼ਨਾਨ ਕਰ ਕੰਮ ਤੇ ਜਾਣੇ ਜਾਂਦੇ ਜਾਂਦੇ ਗੁਰਦੁਆਰੇ ਵੀ ਜਾਣੇ ਮਨ ਨੇ ਸ਼ਕਤੀ ਦਿੱਤੀ ਧੰਨ ਕਰਕੇ ਆ ਗਏ ਜੇ ਮਨ ਆਲਸੀ ਹੋ ਜਾਂਦਾ ਤੁਸੀਂ ਆਏ ਨਹੀਂ ਸੀ ਸਕਦੇ ਇਸ ਲਈ ਪਾਤਸ਼ਾਹ ਕਹਿੰਦੇ ਮਨ ਸ਼ਕਤੀ ਇਹ ਮਨਸੀ ਹੋ ਇਹ ਮਨ ਪੰਜ ਤਤ ਕੋ ਜਿਓ ਇਹ ਮਨ ਲੈ ਜਾਉ ਉਨਮਨ ਰਹੇ ਤੇਰਾ ਮਨ ਇਕਾਗਰ ਹੋ ਜਾਏ ਤੋ ਤਿੰਨ ਲੋਕ ਕੀ ਬਤਾਂ ਕਹੇ ਬੜਾ ਵੱਡਾ ਮਨੋਵਿਗਿਆਨ ਹੈ ਤੁਹਾਨੂੰ ਤਿੰਨ ਲੋਕਾਂ ਦਾ ਗਿਆਨ ਹੋ ਜਾਏਗਾ ਇੱਕ ਚੀਜ਼ ਨੂੰ ਵਿਗਿਆਨ ਨੇ ਟੈਲੀਪੈਥਿਕ ਹੈ ਤੁਸੀਂ ਕਿਸੇ ਬਾਰੇ ਸੋਚ ਰਹੇ ਹੋ ਤੁਹਾਡੀ ਵਿਚਾਰ ਉਹਦੇ ਤੱਕ ਪਹੁੰਚ ਜਾਂਦੀ ਕਿਸੇ ਨੂੰ ਯਾਦ ਕੀਤਾ ਝੰਕ ਉਹਦਾ ਫੋਨ ਆ ਗਿਆ ਕਿਸੇ ਨੂੰ ਚਿੱਤੇ ਕਰ ਰਹੇ ਹੋ ਉਹ ਸਾਹਮਣੇ ਆ ਜਾਂਦਾ ਇਹਨੂੰ ਕਹਿੰਦੇ ਨੇ ਜੋ ਤੁਸੀਂ ਸੁਰਤ ਵਿੱਚ ਸੋਚਿਆ ਉਹ ਦੂਜੇ ਤੱਕ ਚਲਾ ਗਿਆ ਕਿਉਂਕਿ ਸੁਰਤੀ ਤੋਂ ਹੀ ਇਹ ਸਾਰੀ ਤਰੱਕੀ ਹੋਈ ਹੈ ਕੋਈ ਤਾਰਾ ਨਹੀਂ ਵਿਸ਼ਿਆ ਹੋਈਆਂ ਇੱਥੇ ਬੈਠੇ ਤੁਸੀਂ ਵੀਡੀਓ ਕਾਲ ਅਮਰੀਕਾ ਕੈਨੇਡਾ ਇੰਗਲੈਂਡ ਫਰਾਂਸ ਜਿੱਥੇ ਮਰਜੀ ਆਲ ਵਰਲਡ ਦੇ ਅੰਦਰ ਕਰ ਲੈਂਦੇ ਹੋ ਕੋਈ ਤਾਰਾ ਥੋੜੀ ਹੈ ਵੀ ਤੁਹਾਡੀ ਫੋਟੋ ਉੱਧਰ ਜਾ ਰਹੀ ਹੈ ਇਸ ਤਰ੍ਹਾਂ ਕਾਲਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਦੇ ਅੰਦਰ ਬਹੁਤ ਵੱਡੀ ਸ਼ਕਤੀ ਰੱਖੀ ਹੈ ਜੋ ਤੁਹਾਡੀ ਸੁਰਤ ਵਿੱਚ ਹੈ ਜੋ ਤੁਹਾਡੇ ਮਨ ਦੇ ਖਿਆਲਾਂ ਵਿੱਚ ਚੱਲ ਰਿਹਾ ਹੈ ਸਾਹ ਸੰਗਤ ਤੋਂ ਦੂਜੇ ਤੱਕ ਪਹੁੰਚ ਜਾਂਦਾ ਹੈ ਅਜ ਪਾਤਸ਼ਾਹ ਨੇ ਬਚਨ ਕਹਿ ਮੰਨ ਕਰਕੇ ਵਹਿਗੁਰੂ ਨੂੰ ਜਪ ਰੱਬ ਤਾਂ ਤੇਤੋਂ ਦੂਰ ਨਹੀਂ ਦੁਨੀਆ ਦੇ ਲੋਕ ਹੋ ਸਕਦੇ ਨੇ ਕਿਤੇ ਦੂਰ ਹੋਣ ਜਿਹਨੂੰ ਤੂੰ ਮਨ ਵਿੱਚ ਚਿੱਤੇ ਕੀਤਾ ਹੈ ਕਈ ਵਾਰ ਉਹ ਆਮ ਬੰਦੇ ਤੱਕ ਵੀ ਗੱਲ ਪਹੁੰਚ ਜਾਂਦੀ ਹੈ ਰੱਬ ਤਾਂ ਤੇਰੇ ਅੰਦਰ ਵਸਿਆ ਹੈ ਤੂੰ ਮੰਨ ਕਰਕੇ ਕਹਿ ਤਾਂ ਸਹੀ ਵਾਹਿਗੁਰੂ ਉਹ ਤਾਂ ਹਾਜ਼ਰ ਨਾਜ਼ਰ ਹੈ ਉਹ ਤਾਂ ਇੰਨਾ ਨੇੜੇ ਹੈ ਤੇਰੇ ਹੱਥ ਨਾਲੋਂ ਵੀ ਨੇੜੇ ਹੈ ਕਿਉਂਕਿ ਸਰੀਰ ਉੱਤੇ ਕਿਤੇ ਵੀ ਕੋਈ ਚੋਟ ਦਰਦ ਹੋਵੇ ਸਭ ਤੋਂ ਪਹਿਲਾਂ ਤੁਹਾਡਾ ਹੱਥ ਉੱਥੇ ਪਹੁੰਚਦਾ ਔਰ ਹਜ਼ੂਰ ਨੇ ਕਿਹਾ ਹੱਥ ਨਾਲੋਂ ਵੀ ਰੱਬ ਨੇੜੇ ਐ ਕੌਰ ਵਿਦਾਸ ਹਾਥ ਪੈ ਨੇਰੇ ਸੱਜੇ ਹੋਏ ਸੋ ਹੋਈ ਰੱਬ ਤਾਂ ਹੱਥ ਨਾਲੋਂ ਵੀ ਨੇੜੇ ਐ ਤੂੰ ਯਾਦ ਤਾਂ ਕਰ ਸੁਰਤ ਕਰਕੇ ਕਹਿ ਵਾਹਿਗੁਰੂ 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 ਉਹ ਨਾਲ ਖੜਾ ਹੈ ਹਾਜ਼ਰਨਾਮਾ ਅੱਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ ਕੁਝ ਚੀਜ਼ਾਂ ਦਾ ਪਰਹੇਜ਼ ਰੱਖਣਾ ਪੈਣਾ ਹੈ ਫਿਰ ਇਮਾਨੇ ਕੰਮ ਕਰਨਾ ਕਿਸੇ ਵੀ ਚੀਜ਼ ਵਾਸਤੇ ਦੋ ਚੀਜ਼ਾਂ ਨੇ 네ਗੇਟਿਵ ਪੋਜ਼ਿਟਿਵ ਹਰ ਸੁਖ ਦੁੱਖ ਸੁਖ ਘਾਟਾ ਵਾਧਾ ਲਾਭ ਹਾਨੀ ਬੈਨੀਫਿਟ ਲਾਸ ਇਹ ਕੁਦਰਤ ਨੇ ਬਣਾਇਆ ਦਿਨ ਰਾਤ ਕਿਉਂਕਿ ਸੰਸਾਰ ਦੁਸ਼ਟ ਦਾ ਇਦੇ ਅੰਦਰ ਫਿਰ ਪਾਤਸ਼ਾਹ ਨੇ ਖਿਆਲ ਰੱਖਣ ਵਾਸਤੇ ਕਿਹਾ ਜੇ ਤੂੰ ਭਲੇ ਪਾਸੇ ਤੁਰਨੇ ਫਿਰ ਤੈਨੂੰ ਦੂਜੇ ਪਾਸਾ ਵੀ ਸੋਚਣਾ ਪੈਣਾ ਹੁਣ ਕੋਈ ਬੰਦਾ ਕਵੇ ਜੀ ਮੇਰੇ ਕੋਲ 50 ਲੱਖ ਦੀ ਗੱਡੀ ਹੈ ਕਿਸੇ ਬੰਦੇ ਕੋਲ ਹੋ ਸਕਦਾ ਹੈ 2000 ਡਾਲਰ ਦੀ ਗੱਡੀ ਹੋਵੇ ਕਿਸੇ ਕੋਲ 50000 ਡਾਲਰ ਦੀ ਵੀ ਹੋ ਸਕਦੀ ਹੈ ਕੋਈ 5-4000 ਡਾਲਰ ਦੀ ਗੱਡੀ ਵੀ ਚਲਾਉਂਦਾ ਹੈ ਕੋਈ 50000 ਡਾਲਰ ਦੀ ਗੱਡੀ ਵੀ ਚਲਾਉਂਦਾ ਹੈ ਪਰ ਬੜੇ ਕਮਾਲ ਦੀ ਗੱਲ ਹੈ ਕੋਈ ਬੰਦਾ ਐਂ ਦਾਵਾ ਕਰਕੇ ਨਹੀਂ ਕਹਿ ਸਕਦਾ ਮੈਂ ਸਭ ਤੋਂ ਮਹਿੰਗੀ ਗੱਡੀ ਰੱਖੀ ਆਪਣੀ ਮਰਜ਼ੀ ਨਾਲ ਚਲਾਵਾਂਗਾ ਨਹੀਂ ਤੁਸੀਂ ਆਪਣੀ ਮਰਜ਼ੀ ਨਾਲ ਡਰਾਈਵ ਨਹੀਂ ਕਰ ਸਕਦੇ ਤੁਹਾਨੂੰ ਉਸ ਰਸਤੇ ਦਾ ਉਸ ਮਾਰਗ ਦਾ ਉਸ ਦੇਸ਼ ਦਾ ਕਾਨੂੰਨ ਫੋਲੋ ਕਰਨਾ ਪਏਗਾ ਜੇ ਤੁਸੀਂ ਉਹ ਨਹੀਂ ਮੰਨੋਗੇ ਤਾਂ ਗੱਡੀ ਮਹਿੰਗੀ ਜਾਂ ਛੋਟੀ ਖੋਣ ਨਾਲ ਕੀ ਹੁੰਦਾ ਹੈ ਇਦਾਂ ਬਾਦਸ਼ਾਹ ਨੇ ਕਿਹਾ ਕਾਲਪੁਰਖ ਵਾਹਿਗੁਰਦਨ ਨਿਯਮ ਰੱਬ ਤੱਕ ਪਹੁੰਚਣ ਵਾਸਤੇ ਕੋਈ ਨਿਯਮ ਹੈ ਘਰ ਤੋਂ ਗੁਰਦੁਆਰੇ ਆਉਣ ਤੱਕ ਗੱਡੀ ਇੱਕ ਸਾਧਨ ਹੈ ਪਰ ਆਉਣ ਵਾਸਤੇ ਨਿਯਮ ਫੋਲੋ ਕਰਨਾ ਪਿਆ ਤੁਹਾਨੂੰ ਉਸ ਜਿੱਥੇ ਰੁਕਣ ਵਾਸਤੇ ਕਿ ਉੱਥੇ ਰੁਕ ਰਹੇ ਹੋ ਜਿੱਥੇ ਚੱਲਣ ਵਾਸਤੇ ਕਿ ਉੱਥੇ ਚੱਲ ਰਹੇ ਹੋ ਜਿਸ ਤਰ੍ਹਾਂ ਬੰਦਾ ਨਹੀਂ ਚੱਲੇਗਾ ਉਹ ਹਾਦਸਾ ਗ੍ਰਸਤ ਹੋ ਜਾਏਗਾ ਕਿਸੇ ਦੂਜੇ ਨੂੰ ਵੀ ਦੁੱਖ ਦੇਵੇਗਾ ਖੁਦ ਵੀ ਦੁਖੀ ਹੋਏਗਾ ਇਸ ਤਰ੍ਹਾਂ ਸੰਸਾਰ ਵੀ ਇੱਕ ਮਰਿਆਦਾ ਵਿੱਚ ਹੈ ਅਕਾਲ ਪੁਰਖ ਰੱਬ ਨੇ ਸ੍ਰਿਸ਼ਟੀ ਸਾਜੀ ਹੈ ਉਹਦੇ ਤੱਕ ਪਹੁੰਚਣਾ ਫਿਰ ਬਾਦਸ਼ਾਹ ਨੇ ਕਿਹਾ ਤੈਨੂੰ ਫੋਲੋ ਕਰਨਾ ਪਏਗਾ ਮੰਨਣਾ ਪਏਗਾ ਰਹਿਤ ਮੰਨਣੀ ਪਏਗੀ ਕੀ ਰਹਿਤ ਹੈ ਅੱਜ ਹਜ਼ੂਰ ਨੇ ਬਚਨ ਕਹੇ ਕਾਮ ਕ੍ਰੋਧ ਪਰ ਹਰ ਪਰ ਨਿੰਦਾ ਮਨ ਕਰਕੇ ਕਾਮ ਕ੍ਰੋਧ ਦੂਜਿਆਂ ਦੀ ਨਿੰਦਾ ਇਹ ਛੱਡ ਦੇ ਤੈਨੂੰ ਦੁਖੀ ਕਿਸੇ ਨੇ ਨਹੀਂ ਕੀਤਾ ਹੋਇਆ ਤੈਨੂੰ ਕਿਸੇ ਨੇ ਟੈਨਸ਼ਨ ਨਹੀਂ ਦਿੱਤੀ ਹੋਈ ਤੂੰ ਖੁਦ ਹੀ ਟੈਨਸ਼ਨ ਆਪਣੇ ਸਿਰ ਤੇ ਮੰਨ ਲਈਆਂ ਨੇ ਤੂੰ ਕੰਪੀਟੀਸ਼ਨ ਵਿੱਚ ਪੈ ਗਿਆ ਦੂਜਿਆਂ ਨਾਲ ਆਪਣੇ ਆਪ ਨੂੰ ਕੰਪੇਅਰ ਕਰਨ ਲੱਗ ਪਏ ਹੋ ਔਰ ਹਜ਼ੂਰ ਨੇ ਕਿਹਾ ਇਹ ਤੇਰੇ ਮਨ ਦੇ ਰੋਗ ਨੇ ਤੈਨੂੰ ਕਿਸੇ ਨੇ ਵੀ ਨਹੀਂ ਰੱਬ ਤੋਂ ਦੂਰ ਕੀਤਾ ਰੱਬ ਤਾਂ ਤੇਰੇ ਨਾਲ ਹੈ ਉਹ ਤਾਂ ਇੱਥੋਂ ਤੱਕ ਇੰਨਾ ਨੇੜੇ ਹੈ ਹਜ਼ੂਰ ਸੱਚੇ ਬਾਦਸ਼ਾਹ ਕਹਿੰਦੇ ਉਹ ਤਾਂ ਟੁੱਕ ਦਮ ਪੂਰਾ ਸਾਹ ਵੀ ਲੈਣ ਦੀ ਲੋੜ ਨਹੀਂ ਅੱਦੇ ਸਾਹ ਨਾਲ ਵਾਹ ਗੁਰੂ ਹਾਜ਼ਰ ਹੈ ਪੂਰਾ ਸਵਾਸ ਵੀ ਨਹੀਂ ਲੋੜ ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਉਹ ਤਾਂ ਹਾਜ਼ਰ ਹਜ਼ੂਰ ਹੈ ਕਿ ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ ਫਿਰ ਆਪਾਂ ਰੱਬ ਤੋਂ ਦੂਰ ਕਿਵੇਂ ਹੋ ਗਏ ਹਜ਼ੂਰ ਨੇ ਬਚਨ ਕਿਹਾ ਚੀਜ਼ਾਂ ਵਿੱਚ ਕਾਰ ਆ ਗਈਆਂ ਇਨਨੂੰ ਹੁਣ ਛੱਡਣਾ ਪੈਗਾ ਪਰਹਰ ਦਾ ਤੁੰਦ त्याਗਣਾ ਕਹਿੰਦੇ ਆ ਕੁਝ ਛੱਡ ਕਾਮ ਕ੍ਰੋਧ ਪਰਹਰ ਪਰ ਨਿੰਦਾ ਲਬ ਲੋਭ ਤਜ ਹੋ ਨਚਿੰਦਾ ਮੈਂ ਬਾਹਰ ਲਈ ਐਗਜ਼ੈਂਪਲ ਇਸ ਦੇ ਦਿਨਾ ਛੇਤੀ ਸਮਝ ਆ ਜਾਂਦੀ ਐ ਗੱਡੀ ਟੋਡੀ ਐ ਮੋਬਾਈਲ ਟੋਡਾ ਕਿਸੇ ਵਿੱਚ ਵੱਜੋਗੇ ਨੁਕਸਾਨ ਟੋਡਾ ਪਰ ਕਾਨੂੰਨ ਬਣਿਆ ਹੋਇਆ ਤੁਸੀਂ ਗੱਡੀ ਡਰਾਈਵ ਕਰਦੇ ਆ ਮੋਬਾਈਲ ਨਹੀਂ ਸੁਣ ਸਕਦੇ ਤੁਸੀਂ ਕਹੋ ਜੀ ਮੇਰੇ ਸੱਟ ਲੱਗੇਗੀ ਮੈਂ ਕਿਉਂ ਸੀਟ ਬੈਲ ਕਲਾਮਾ ਉਹਦੇ ਤੁਹਾਨੂੰ ਟਿਕਟ ਮਿਲ ਜਾਂਦੀ ਹੈ ਇਸ ਤਰ੍ਹਾਂ ਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਲਈ ਮਰਿਆਦਾ ਹੈ ਹਜ਼ੂਰ ਕਹਿੰਦੇ ਨੇ ਕਾਮ ਕ੍ਰੋਧ ਨਿੰਦਾ ਇਹ ਛੱਡਣੀ ਪੈਗੀ ਤਿਆਗਣੇ ਪੈਣਗੇ ਜਿੰਨੀ ਦੇਰ ਤੂੰ ਇਹਨਾਂ ਨਾਲ ਮਨ ਕਰਕੇ ਜੁੜਿਆ ਰੱਬ ਤੋਂ ਦੂਰ ਰਹੇਗਾ ਰੱਬ ਤਾਂ ਨੇੜੇ ਹੀ ਹੈ ਤੇਰੇ ਕਾਮ ਕ੍ਰੋਧ ਪਰਹਰ ਪਰ ਨਿੰਦਾ ਲਭ ਲੋਭ ਤਜ ਹੋ ਨਚਿੰਦਾ ਨਚਿੰਦਾ ਦਾ ਅਰਥ ਚਿੰਤਾ ਰਹਿਤ ਤੈਨੂੰ ਕੋਈ ਚਿੰਤਾ ਨਹੀਂ ਹੋਣੀ ਤੂੰ ਵੇਫਿਕਰ ਹੋ ਜਾਏਗਾ ਨਿਸ਼ਚਿੰਤ ਹੋ ਜਾਏਗਾ ਛੱਡ ਦੇ ਲਾਲਚ ਲੋਭ ਛੱਡ ਦੇ ਕਰ ਤੇ ਪੁਰਖ ਉੱਤੇ ਛੱਡ ਦੇ ਜੋ ਹੋ ਰਿਹਾ ਠੀਕ ਹੋ ਰਿਹਾ ਜਿੰਨਾ ਕੋ ਤੈਨੂੰ ਮਿਲ ਰਿਹਾ ਉਹ ਵੀ ਠੀਕ ਹੈ ਜੋ ਨਹੀਂ ਮਿਲਿਆ ਉਹ ਵੀ ਠੀਕ ਹੀ ਹੈ ਉਹਦੇ ਉੱਤੇ ਲਾਲਚ ਨਾ ਕਰ ਕਿਉਂਕਿ ਜਿਵੇਂ ਜਿਵੇਂ ਲਾਲਚ ਲੋਭ ਵੱਧਦਾ ਹੈ ਤਵੇਂ ਤਵੇਂ ਕ੍ਰੋਧ ਵੱਧਦਾ ਹੈ ਔਰ ਜੇ ਉਹ ਚੀਜ਼ਾਂ ਪੂਰੀਆਂ ਹੋਣ ਲੱਗ ਜਾਣ ਫਿਰ ਵਿਕਾਰ ਵੱਧਣ ਲੱਗ ਪੈਂਦੇ ਨੇ ਮਾਇਆ ਦਾ ਰੂਪ ਵੱਧਣਾ ਸ਼ੁਰੂ ਹੋ ਜਾਂਦਾ ਇਹਦੇ ਉੱਤੇ ਕੋਈ ਬੰਦਾ ਰੱਜ ਨਹੀਂ ਸਕਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਜੇ ਤੂੰ ਹੋਰ ਵੀ ਬਹੁਤ ਜ਼ਿਆਦਾ ਧਨ ਦੌਲਤ ਇਕੱਠਾ ਕਰ ਲੇਂਗਾ ਤਾਂ ਵੀ ਤ੍ਰਿਪਤੀ ਨਹੀਂ ਹੈ ਕਿਤੇ ਅੱਜ ਕਿਸੇ ਵੀ ਬੰਦੇ ਨੂੰ ਇਮਾਨਦਾਰੀ ਨਾਲ ਪੁੱਛੋ ਤੂੰ ਸੈਟੀਸਫਾਈ ਹੋ ਗਿਆ ਤਾਂ ਸੈਟੀਸਫੈਕਸ਼ਨ ਨਹੀਂ ਹੈ ਬੰਦੇ ਦੇ अंदर ਸੈਟੀਸਫਾਈ ਹੋਇਆ ਹੀ ਨਹੀਂ ਹੈ ਚਾਹੇ ਉਹਨੂੰ 30 ਸਾਲ ਹੋ ਗਏ ਨੇ ਚਾਹੇ 40 ਸਾਲ ਹੋ ਗਏ ਨੇ ਚਾਹੇ ਬਹੁਤ ਕੁਝ ਬਣਾ ਲਿਆ ਚਾਹੇ ਨਹੀਂ ਬਣਿਆ ਹਰ ਬੰਦਾ ਸੈਟੀਸਫਾਈ ਨਹੀਂ ਹੋ ਰਿਹਾ ਕਿਉਂ ਮਨ ਦੀ ਤਸੱਲੀ ਮਨ ਦਾ ਸਕੂਨ ਸੁੱਖ ਉੱਥੋਂ ਹੋਣਾ ਸੀ ਜਿੱਥੋਂ ਅਸੀਂ ਵਿਛੜੇ ਹੋਏ ਆ ਕੁਦਰਤ ਦੇ ਨਿਯਮ ਵਿੱਚ ਹਰ ਇੱਕ ਚੀਜ਼ ਆਪਣੇ ਮੂਲ ਵੱਲ ਦੇ ਪਾਸੇ ਤੁਰਦੀ ਹੈ 24 ਘੰਟਿਆਂ 'ਚ ਸੂਰਜ ਧਰਤੀ ਇਹ ਚੱਕਰ ਗ੍ਰਸਤ ਚੱਲ ਰਹੇ ਨੇ ਆਪਣੀ ਜਗ੍ਹਾ ਤੋਂ ਚੱਲ ਕੇ ਆਪਣੀ ਜਗ੍ਹਾ ਤੇ ਆ ਜਾਂਦੇ ਨੇ ਤੁਰ ਰਹੇ ਨੇ ਪਾਤਸ਼ਾਹ ਨੇ ਵਜਨ ਕਹੇ ਭਾਈ ਆਪਣੇ ਮੂਲਵਲ ਦੇ ਪਾਸੇ ਦੁਨੀਆ ਚੀਜ਼ ਚੱਲ ਰਹੀ ਹੈ ਜਿਵੇਂ ਪਾਣੀ ਵਾਸ਼ਪ ਬਣ ਕੇ ਧਰਤੀ ਤੋੜਦੇ ਆਕਾਸ਼ ਵਿੱਚ ਚਲਿਆ ਜਾਂਦਾ ਹੈ ਬੱਦਲਾਂ ਵਿੱਚ ਭਟਕਦਾ ਹੈ ਫਿਰ ਵਰਸ ਜਾਂਦਾ ਹੈ ਫਿਰ ਉਹ ਨਿਮਾਨਵਲ ਧਰਤੀਵਲ ਜਿੱਥੋਂ ਨਿਕਲਿਆ ਉਸੇ ਮੂਲਵਲ ਤੁਰਦਾ ਹੈ ਜਿੰਨੀ ਦੇਰ ਤੂੰ ਮੂਲ ਵੱਲ ਨਹੀਂ ਤੁਰੇਂਗਾ ਮੂਲ ਕੀ ਹੈ ਜਨਮ ਤੋਂ ਪਹਿਲਾਂ ਮਾਂ ਦੇ ਗਰਭ ਵਿੱਚ ਅਕਾਲ ਪੁਰਖ ਰੱਬ ਨਾਲ ਆਪਨ ਜੁੜੇ ਹੋਏ ਸੀ ਇਹ ਸਚਾਈ ਹੈ। ਔਰ ਸਾਸ ਸੰਗਤ ਮਾਂ ਦੀ ਅੰਦਰ ਦੇ ਨਾਲੋਂ ਤੁਹਾਨੂੰ ਪਤਾ ਹੈ ਮੇਰੇ ਨਾਲੋਂ ਵੱਧ ਤੁਸੀਂ ਗਿਆਨ ਰੱਖਦੇ ਹੋ। ਕੰਚੀ ਨਾਲ ਕੱਟ ਕੇ ਬੱਚੇ ਨੂੰ ਮਾਂ ਨਾਲੋਂ ਅਲੱਗ ਕੀਤਾ ਜਾਂਦਾ ਹੈ। ਉਸ ਵਕਤ ਕੌਣ ਰੱਖ ਰਿਹਾ ਹੈ ਮਾਂ ਤੇ ਗਰਭ ਮੈਂ ਆਪਨ ਸਿਮਰਨ ਦੇ ਉਹ ਤੇਰਾ ਮੂਲ ਸੀ। ਪਦਾਰਥਾਂ ਵਿੱਚ ਰਹਿੰਦਿਆਂ ਸਿਮਰਨ ਕਰੀ ਚੱਲ ਤੂੰ ਚਿੰਤਾ ਤੋਂ ਰਹਿਤ ਰਹੇਂਗਾ ਜੇ ਕਾਮ ਕ੍ਰੋਧ ਲਬ ਲੋਭ ਮੋਹ ਹੰਕਾਰ ਈਰਖਾ ਦਵੇਸ਼ ਲਾਲਚ ਵਿੱਚ ਪੈਵੇਂਗਾ ਉੰਨਾ ਦੁਖੀ ਹੋਈ ਜਾਏਂਗਾ ਦੁਨੀਆ ਇੱਕ ਦਲਦਲ ਹੈ ਇਹ ਸਭ ਪਤਾ ਇਨ੍ਹਾਂ ਪਦਾਰਥਾਂ ਵਿੱਚ ਕੋਈ ਵੀ ਬੰਦਾ ਰੱਜ ਨਹੀਂ ਸਕਿਆ ਪਾਤਸ਼ਾਹ ਕਹਿੰਦੇ ਨਿਸ਼ਚਿੰਤ ਹੋਣਾ ਚਾਹੁੰਨਾ ਹੈ ਬੇਫਿਕਰ ਹੋਣਾ ਚਾਹੁੰਨਾ ਹੈ ਖੁਸ਼ ਹੋਣਾ ਚਾਹੁੰਨਾ ਹੈ ਫਿਰ ਮੂਲ ਨਾਲ ਜੁੜ ਅਕਾਲ ਪੁਰਖ ਵੈ ਗੁਰ ਦਾ ਨਾਮ ਜਪ ਸਤਨਾਮ ਸ੍ਰੀ Varro Guru.